ਉਹਦੇ ਤੇ ਤਹਿਕੀਕ ਵੀ ਕਰਦੇ ਆ ਹਾਂਜੀ ਕਦੇ ਕਿਸੇ ਗੋਲੀ ਤੇ ਕਦੇ ਕਿਸੇ ਦੇ ਕਦੇ ਜਿਹੜੇ ਦੇਸੀ ਆ ਉਹ ਵੀ ਜਿਹੜਾ ਨਾ ਕਬੂਤਰ ਦਾ ਜਿਸਮ ਦੇਖ ਕੇ ਕਬੂਤਰ ਨੂੰ ਪਤਾ ਕਰਦੇ ਆ ਪਹਿਚਾਣ ਕਰਦੇ ਫਰਕ ਕਰਦੇ ਆ ਦੂਸਰੀ ਬਾਤ ਇਹ ਕਿ ਸਾਡੇ ਤੇ ਉਹਨਾਂ ਦੇ ਸ਼ਿਕਾਰ ਚ ਬਹੁਤ ਫਰਕ ਹੈ ਮਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਿਉਂਕਿ ਉਹ ਦੋ ਕਬੂਤਰਾਂ ਦੋ ਬਦਾਮਾਂ ਤੇ ਜਾਂ ਚਾਰ ਬਦਾਮਾਂ ਤੇ ਸਮਝਦੇ ਆ ਮੇਰੇ ਨਜ਼ਰ ਮੇਰੀ ਸੋਚ ਦੇ ਮੁਤਾਬਕ ਮੇਰੀ ਖੇਡ ਦੇ ਮੁਤਾਬਕ ਉੱਥੇ ਕਬੂਤਰ ਪਹਿਲਾਂ ਹੀ ਭੁੱਖਾ ਮਰ ਜਾਂਦਾ ਅੱਛਾ ਦੇਖੋ ਨਾ ਚੌਵੀ ਘੰਟੇ ਪਹਿਲਾਂ ਚੌਵੀ ਕਿਉਂ ਛੱਬੀ ਘੰਟੇ ਪਹਿਲਾਂ ਹਾਂਜੀ ਚੌਵੀ ਘੰਟੇ ਤਾਂ ਚੌਵੀ ਘੰਟੇ ਨੂੰ ਤਾਂ ਛੱਡਣਾ ਉਹਨੂੰ ਫਿਰ ਉਹਨੇ ਉੱਡਣਾ ਵੀ ਹੈ ਅੱਠ ਘੰਟੇ ਉੜੇ ਬਾਰਾਂ ਘੰਟੇ ਉੜੇ ਹਾਂਜੀ ਉਹ ਚੌਂਤੀ ਘੰਟੇ ਲਾ ਲਾ ਪੈਂਤੀ ਛੱਤੀ ਲਾ ਲਾ ਜਿੰਨੇ ਵੀ ਉਹਦੇ ਸਾਰਾ ਭੁੱਖਾ ਹੀ ਉੱਡੀ ਜਾਂਦਾ ਹਾਂਜੀ ਇਥੋਂ ਮੈਂ ਹਿਸਾਬ ਲਾਇਆ ਸੀ ਕਿ ਮੈਂ ਕਿਹਾ ਯਾਰ ਬੜੀ ਸਖ਼ਤ ਨਸਲ ਹੈ ਇੰਡੀਆ ਦੀ ਕਬੂਤਰਾਂ ਦੀ ਬਿਲਕੁਲ ਜਿਵੇਂ ਤੁਸੀਂ ਦੱਸਦੇ ਪਏ ਆ ਕਿ 36 ਘੰਟੇ ਪਹਿਲੇ ਉਹ ਦੋ ਬਰਾਮਾਂ ਦੀ ਕਬੂਤਰ ਸੰਭਾਲਣਾ ਫਿਰ ਉਹਨੇ ਉੱਡਣਾ ਵੀ ਸਾਲ ਫਿਰ ਉਹ ਕਬੂਤਰ ਸਾਡੇ ਕਬੂਤਰ ਨਾਲ ਜ਼ਿਆਦਾ ਚੰਗੇ ਹਾਂਜੀ ਫਿਰ ਦੇਖੋ ਕਿ ਉਹਨੂੰ ਚਾਰ ਬਦਾਮ ਦੇ ਕੇ ਉਹਨੂੰ ਛਾਂ ਚ ਗੋਡੇ ਚ ਰੱਖ ਦੇਣਾ ਹਾਂਜੀ ਟੋਪੀ ਨੀ ਉਹਨੀ ਅੱਛਾ ਉਹ ਗੋਡੇ ਚ ਵਿਆਹ ਵਿੱਚ ਕੁੰਡੀ ਪਾਣੀ ਦੀ ਪਈ ਹੈ ਹਾਂਜੀ ਫਿਰ ਉਹਨੂੰ ਸ਼ਾਮ ਨੂੰ ਉਹਨੂੰ ਗਰਮ ਕਰ ਦੇਣਾ ਰਾਤ ਨੂੰ ਹਾਂਜੀ ਗਰਮ ਕਰਤਾ ਪਾਣੀ ਦੇਤਾ ਤੇ ਸੁਬਾਹ ਨੂੰ ਜਾ ਕੇ ਉੱਥੋਂ ਪਾਣੀ ਦੇ ਕੇ ਮੁੱਠੀ ਦੇ ਦੇਣੀ ਆ ਹਾਂਜੀ ਇਹ ਜਿਹੜੀ ਕਬੂਤਰਬਾਜ਼ੀ ਆ ਇਹ ਦੇਖੋ ਕਬੂਤਰ ਇਹ ਖੇਡ ਹਾਂਜੀ ਸਾਡੇ ਹਿਸਾਬ ਦੇ ਮੁਤਾਬਕ ਇਹ ਕੁਛ ਵੀ ਨਹੀਂ ਖੇਡ ਹਾਂਜੀ ਤੇ ਉਹ ਇਸ ਖੇਡ ਤੇ ਵੀ ਉਹ ਦਿਨ ਵੀ ਕਰ ਜਾਂਦੇ ਆ ਕਰ ਜਾਂਦੇ ਹਾਂਜੀ ਬਿਲਕੁਲ ਮੈਂ ਕੋਈ ਸ਼ੱਕ ਨਹੀਂ ਕਰਦਾ ਤੇ ਫਿਰ ਉਹਨਾਂ ਕਬੂਤਰਾਂ ਦੀ ਖੇਡ ਸਾਡੀ ਹੋਈ ਹੋਵੇ ਉਹਦੇ ਬਹਿ ਨਹੀਂ ਆ ਬਹਿ ਨਹੀਂ ਨਾ ਉੱਥੇ ਰਾਤ ਨੂੰ ਨਾ ਬਹਿਣ ਰਾਤ ਨੂੰ ਨਾ ਬਹਿਣਾ ਕਿੱਥੇ ਗੱਲ ਹੈ ਜਿਹਦੀ ਕੋਈ ਸ਼ਕਲ ਗੱਲ ਨਹੀਂ ਕਿ ਉਹ ਬੰਦੇ ਐਡੀ ਸਾਦਾ ਕਬੂਤਰਬਾਜ਼ੀ ਕਰਦੇ ਆ ਕਿ ਉਹ ਕਬੂਤਰ ਇੰਨਾ ਅੱਛਾ ਨਜ਼ਰ ਦਿੰਦੇ ਆ ਜੀ ਅਗਰ ਸਾਡੇ ਲੈਂਡ ਦੇ ਪੰਜਾਬ ਦੀ ਖੇਡ ਵਾਲਾ ਕਬੂਤਰ ਤੇ ਹੋਏ ਤਾਂ ਕਬੂਤਰ ਬਾਕੀ ਕਿਸਮ ਆ ਜਾਣੇ ਜੀ ਬਿਲਕੁਲ ਹਾਂਜੀ ਉਹ ਫਿਰ ਇਸ ਤਰ੍ਹਾਂ ਹੋਇਆ ਜੀ ਕਿ ਉਹਨਾਂ ਦੇ ਕਬੂਤਰ ਵੀ ਆਪਣੇ ਕਬੂਤਰਾਂ ਨਾਲ ਸਖ਼ਤ ਹੈ ਹਾਂਜੀ ਉਹਨਾਂ ਦੀ ਖੇਡ ਆਪਣੇ ਨਾਲੋਂ ਹਲਕੀ ਹੈ ਹਾਂਜੀ ਖੇਡ ਵਿੱਚ ਹੋ ਸਕਦਾ ਪਿੱਛੇ ਨੇ ਲੇਕਿਨ ਕਬੂਤਰ ਉੱਧਰ ਬਹੁਤ ਜ਼ਿਆਦਾ ਸਿੱਖੇ ਨੇ ਕਿਉਂਕਿ ਉੱਧਰ ਨਸਲਾਂ ਉਵੇਂ ਤੁਰੀਆਂ ਆਉਂਦੀਆਂ ਨੇ ਸਾਡੇ ਤਾਂ ਇੱਥੇ ਮੇਰੇ ਕੋਲ ਕਬੂਤਰ ਇੱਕ ਚੰਗਾ ਆ ਗਿਆ ਸੱਤ ਮੋਹਰ ਲੱਗੀ ਮੈਂ ਉਹਦਾ ਪਿੱਛਾ ਨਹੀਂ ਪਤਾ ਮੈਂ ਉਹਨੂੰ ਬੱਚੇ ਪਾ ਲੈਣ ਬੱਚੇ ਨੂੰ ਪਾ ਲੈਣ ਹਾਂਜੀ ਕਹੋ ਜਿਹੜਾ ਤੁਹਾਨੂੰ ਲੱਗੇ ਕੀਤਾ ਸੀ ਇਹ ਮੈਂ ਤੁਹਾਨੂੰ ਦੱਸ ਤੁਸੀਂ ਫਰਕ ਕੀ ਕਰਦੇ ਆ ਚੜ੍ਹਦੇ ਪੰਜਾਬ ਦੇ ਲੈਂਦੇ ਪੰਜਾਬ ਦੀ ਖੇਡ ਵਿੱਚ ਕੀ ਫਰਕ ਕਰਦੇ ਆ ਖੇਡ ਦੇ ਵਿੱਚ ਇਹੀ ਹੈ ਕਿ ਅਗਰ ਖੇਡ ਸਾਡੀ ਹੋਵੇ ਉਹਨਾਂ ਕਬੂਤਰਾਂ ਦੀ ਹਾਂਜੀ ਤੇ ਉਹ ਕਬੂਤਰ ਬਹੁਤ ਤਕੜੇ ਬਹੁਤ ਚੰਗੇ ਕਬੂਤਰ ਹੈ ਮੈਂ ਫਿਰ ਇਹੀ ਚੀਜ਼ ਦੇਖ ਕੇ ਨਾ ਤੇ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਿੱਟੀ ਸੀ ਮੈਂ ਆਂਡੇ ਲਿਆਂਦੇ ਸੀ ਉੱਥੋਂ ਅੱਛਾ ਉਹ ਆਂਡੇ ਤੁਸੀਂ ਕਿਹੜੇ ਪਿੰਡ ਚੋਂ ਲੈ ਕੇ ਆਏ ਸੀ ਕਿਹੜੇ ਖਿਡਾਰੀ ਦੇ ਕਬੂਤਰ ਦੇ ਆਂਡੇ ਸੀ ਇਹ ਆਂਡੇ ਲਿਆਂਦੇ ਸੀ ਜੀ ਮੈਂ ਇਹ ਲਿਆਂਦੇ ਸੀ ਬਾਬਾ ਫਜ਼ਲਾ ਕੁੱਪ ਪਿੰਡ ਚੋਂ ਅੱਛਾ ਜੀ ਕਿਹੜਾ ਜ਼ਿਲ੍ਹਾ ਜੀ ਕੁੱਪ ਪਿੰਡ ਜ਼ਿਲ੍ਹਾ ਉਹ ਹੈ ਜਿਹੜਾ ਸੰਗਰੂਰ ਸੰਗਰੂਰ ਅੱਛਾ ਜੀ ਲੁਧਿਆਣੇ ਰੋਡ ਦੇ ਉੱਤੇ ਪਿੰਡ ਹੈ ਮਲੇਰਕੋਟਲੇ ਤੋਂ ਲੁਧਿਆਣੇ ਜੇ ਰੋਡ ਦੇ ਉੱਤੇ ਪਿੰਡ ਹੈ ਅੱਛਾ ਜੀ ਉਹ ਮੁਸਲਮਾਨ ਹੈ ਬਾਬਾ ਫਜ਼ਲਾ ਦੋਜੀ ਹੈ ਦੁੱਧ ਦਾ ਕੰਮ ਅੱਛਾ ਕੁਛ ਆਂਡੇ ਉੱਥੋਂ ਲਏ ਕੁਛ ਅਬਦੁਲ ਸਤਾਰ ਤੇ ਅਬਦੁਲ ਸ਼ਕੂਰ ਹੈ ਤਿੰਨ ਭਾਈ ਹੈ ਅਬਦੁਲ ਸਤਾਰ ਫੌਤ ਹੋ ਗਿਆ ਤੇ ਉਹ ਉਹਨਾਂ ਦੇ